ਸਤਿ ਸ਼੍ਰੀ ਅਕਾਲ ਜੀ। ਇੱਕ ਆਪਾਂ ਪਹਿਲੇ ਕੋਨਿਕ ਸੈਕਸ਼ਨ ਦੀ ਇੱਕ ਵੀਡੀਓ ਬਣਾ ਦਿੱਤੀ ਆ, ਜਿਹਦੇ ਵਿੱਚ ਆਪਾਂ ਇੱਕ ਕੋਨ ਦੀ ਇਕੁਏਸ਼ਨ ਡਰਾਈਵ ਕੀਤੀ ਸੀ ਬੜੀ ਸਿੰਪਲ ਜਿਹੇ ਤਰੀਕੇ ਦੇ ਨਾਲ, ਕਿ ਜਿਹਨੂੰ ਕਿਸੇ ਨੂੰ ਸਿਰਫ ਟੈਨ ਥੀਟਾ ਇੱਕ ਇਕੁਏਸ਼ਨ ਟ੍ਰੈਂਗਲ ਦੇ ਵਿੱਚ ਲਿਖਣਾ ਆਉਂਦਾ, ਉਹ ਵੀ ਮਤਲਬ ਕੋਨ ਦੀ ਇਕੁਏਸ਼ਨ ਨੂੰ ਚੰਗੀ ਤਰ੍ਹਾਂ ਸਮਝ ਸਕਦਾ। ਬਹੁਤ ਸਿੰਪਲ ਸੀਗੀ ਅਤੇ ਉਹ ਪਹਿਲੀ ਵੀਡੀਓ ਸੀਗੀ। ਆ ਦੂਸਰੀ ਵੀਡੀਓ ਆ, ਹੁਣ ਆਪਾਂ ਕੋਨਿਕ ਸੈਕਸ਼ਨ ਦੇ ਵਿੱਚ ਆਪਾਂ ਕੋਨਿਕ ਸੈਕਸ਼ਨ ਦੀ ਆਪਾਂ ਇਕੁਏਸ਼ਨ ਡਰਾਈਵ ਕਰਾਂਗੇ ਕਿ ਕਿੱਦਾਂ ਹੁੰਦੀ ਆ, ਠੀਕ ਆ। ਇਹ ਦੂਸਰੀ ਵੀਡੀਓ ਹੋ ਗਈ ਅਤੇ ਆਹ ਮੇਰੀਆਂ ਮਤਲਬ ਕੁਛ ਵੀਡੀਓਜ਼ ਆ ਜਿਹੜੀਆਂ ਪਹਿਲਾਂ ਦੀਆਂ ਪਈਆਂ ਹੋਈਆਂ, ਤੁਸੀਂ ਜੇ ਕੋਈ ਦੇਖਣਾ ਚਾਹੁੰਦਾ ਤਾਂ ਦੇਖ ਸਕਦਾ, ਠੀਕ ਆ। ਆਹ ਆਪਾਂ ਕੋਨਿਕ ਸੈਕਸ਼ਨ ਦੀ ਆਪਾਂ ਅਗਲੀ ਵੀਡੀਓ 'ਤੇ ਜਾਂਦੇ ਹਾਂ, ਠੀਕ ਆ। ਕੋਨਿਕ ਸੈਕਸ਼ਨ ਦੇ ਵਿੱਚ ਆਪਾਂ ਜਦੋਂ ਸਮਝਣ ਲਈ, ਜਿੱਦਾਂ ਹੁਣ ਇਹ ਹੋ ਗਿਆ ਮੇਰਾ ਵਾਈ ਐਕਸਿਸ, ਇਹ ਮੇਰਾ ਹੋ ਗਿਆ ਐਕਸ ਐਕਸਿਸ, ਇਹ ਇਸ ਤਰੀਕੇ ਦੇ ਨਾਲ ਕੋਈ ਕਰਵ ਆ, ਠੀਕ ਆ। ਇਹ ਕਰਵ ਦਾ ਜਿਹੜੇ ਹਰ ਪੁਆਇੰਟ ਆ ਉਹ ਕੀ ਆ, ਇੱਕ ਇੱਕ ਲੋਕਸ ਆ, ਮਤਲਬ ਕਿ ਇੱਕ ਰਸਤਾ ਆ ਜਿਹੜਾ ਇੱਥੇ ਐਕਸ ਅਤੇ ਵਾਈ ਕੋਈ ਵੀ ਪੁਆਇੰਟ ਉਹਨਾਂ ਦਾ ਰਸਤਾ ਆ। ਅਤੇ ਆਹ ਵਾਲੀ ਜਿਹੜਾ ਮੇਰਾ ਪੁਆਇੰਟ ਹੈਗਾ ਇਹ ਹੈਗਾ ਮੇਰਾ ਏ ਜ਼ੀਰੋ, ਠੀਕ ਆ। ਅਤੇ ਸੇਮ ਏ ਜ਼ੀਰੋ ਦੇ ਉੱਤੇ ਇੱਕ ਹੋਰ ਇੱਧਰ ਲਾਈਨ ਖਿੱਚੀ ਜਾਂਦੀ ਆ ਏ ਇਕੁਅਲ ਟੂ ਜ਼ੀਰੋ ਦੇ ਉੱਤੇ, ਜਿਹੜੀ ਕਿ ਮਤਲਬ ਕਿ ਇਹਨੂੰ ਬੋਲਦੇ ਲੇਟੈਸਟ ਰੈਕਟਮ ਵੈਸੇ, ਅਤੇ ਇਸ ਤਰੀਕੇ ਦੇ ਨਾਲ ਹੁੰਦਾ। ਹੁਣ ਕੋਨਿਕ ਸੈਕਸ਼ਨ ਦੇ ਵਿੱਚ ਚੱਕਰ ਕੀ ਹੁੰਦਾ ਕਿ ਜਿਹੜੀ ਆਹ ਲਾਈਨ ਤੋਂ ਪਰਪੈਂਡੀਕੁਲਰ ਡਿਸਟੈਂਸ, ਠੀਕ ਆ, ਅਤੇ ਆਹ ਪੁਆਇੰਟ ਤੋਂ ਡਿਸਟੈਂਸ, ਠੀਕ ਹੈ। ਚਲੋ ਮੈਂ ਅਲੱਗ ਪੈਨ ਦੇ ਨਾਲ ਵੀ ਕਰ ਦਿੰਦਾ, ਆਹ ਪੁਆਇੰਟ ਤੋਂ ਆਹ ਡਿਸਟੈਂਸ, ਆਹ ਡਿਸਟੈਂਸ, ਇਹ ਦੋਨਾਂ ਦੀ ਜਿਹੜੀ ਰੇਸ਼ੋ ਆ ਇਹ ਕੋਂਸਟੈਂਟ ਰਹਿੰਦੀ ਆ। ਬਸ ਤੁਸੀਂ ਇੰਨੀ ਹੀ ਗੱਲ ਸਮਝਣੀ ਆ ਅਤੇ ਸਾਰਾ ਕੋਨਿਕ ਸੈਕਸ਼ਨ ਤੁਹਾਡੇ ਹੁਣ ਹੱਥਾਂ 'ਚ ਚੱਲੂਗਾ। ਅਤੇ ਹੁਣ ਆਪਾਂ ਇਹਨੂੰ ਦੇਖਦੇ ਹਾਂ ਕਿ ਉਹ ਕਿੱਦਾਂ ਹੋ ਗਿਆ। ਹੁਣ ਦੇਖੋ, ਜੇ ਮੈਂ ਆਹ ਵਾਲੀ ਡਿਸਟੈਂਸ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੇਰੀ ਕੀ ਨਹੀਂ ਹੋਊਗੀ, ਉਹ ਮੇਰੀ ਹੋਊਗੀ ਐਕਸ ਮਾਈਨਸ ਏ ਦਾ ਸਕੇਅਰ ਪਲੱਸ ਵਾਈ ਮਾਈਨਸ ਜ਼ੀਰੋ ਦਾ ਸਕੇਅਰ, ਠੀਕ ਆ। ਇਹ ਮੇਰੀ ਹੋ ਗਈ ਇਹ ਡਿਸਟੈਂਸ, ਆਪਾਂ ਇਹਨੂੰ ਕੋਈ ਡੀ ਡਿਸਟੈਂਸ ਲੈ ਲੈਂਦੇ ਹਾਂ, ਠੀਕ ਆ ਇਹ ਮੇਰੀ ਹੋ ਗਈ ਡੀ ਡਿਸਟੈਂਸ। ਤਾਂ ਹੁਣ ਆਪਾਂ ਦੂਸਰੀ ਡਿਸਟੈਂਸ ਕੈਲਕੂਲੇਟ ਕਰਨੀ ਜਿਹੜੀ ਏ ਵਾਲੀ ਆ, ਇਹ ਸਿੰਪਲ ਆ ਕਿ ਇਹ ਇੱਥੋਂ ਲੈ ਕੇ ਇੱਥੇ ਤੱਕ ਐਕਸ ਅਤੇ ਵਿੱਚ ਏ, ਮਤਲਬ ਇਹਨੂੰ ਆਪਾਂ ਇਹ ਡਿਸਟੈਂਸ ਨੂੰ ਆਪਾਂ ਲਿਖ ਲੈਂਦੇ ਸੀ, ਜਿਹੜੀ ਮੇਰੀ ਸੀ ਆ ਉਹ ਕਿੰਨੀ ਹੋ ਗਈ ਆਪਣੇ ਐਕਸ ਪਲੱਸ ਏ, ਠੀਕ ਆ। ਹੁਣ ਮੈਂ ਦੋਨਾਂ ਦੀ ਰੇਸ਼ੋ ਕੈਲਕੂਲੇਟ ਕਰਨ ਲੱਗਾ, ਠੀਕ ਆ। ਐਕਸ ਮਾਈਨਸ ਏ ਸਕੇਅਰ ਪਲੱਸ ਵਾਈ ਸਕੇਅਰ ਬਾਏ ਏ ਪਲੱਸ ਐਕਸ ਪਲੱਸ ਏ, ਠੀਕ ਆ, ਇਹਦਾ ਸਕੇਅਰ ਰੂਟ। ਇਹਨੂੰ ਆਪਾਂ ਰੇਸ਼ੋ ਕੋਂਸਟੈਂਟ ਆ, ਮਤਲਬ ਕਿ ਉਹਨੂੰ ਬੋਲਦੇ ਆ ਈ, ਇਹਨੂੰ ਕੀ ਬੋਲਦੇ ਆ, ਇਹਨੂੰ ਬੋਲਦੇ ਅਸੈਂਟਰੀਸਿਟੀ। ਮੈਂ ਇੱਥੇ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਕਿ ਅਸੈਂਟਰੀਸਿਟੀ ਜਦੋਂ ਆਪਾਂ ਇੰਗਲਿਸ਼ ਵਿੱਚ ਅਸੈਂਟ੍ਰਿਕ ਦਾ ਮੀਨਿੰਗ ਮਤਲਬ ਕਿ ਦੇਖੀਏ ਤਾਂ ਡਿਕਸ਼ਨਰੀ ਮੈਨੂੰ ਹੁੰਦਾ ਹਿੱਲਿਆ ਹੋਇਆ, ਜਿਹੜਾ ਪਾਗਲ ਬੰਦਾ ਹੈ ਨਾ ਉਹਨੂੰ ਅਸੈਂਟ੍ਰਿਕ ਕਹਿ ਦਿੰਦੇ ਆ, ਸਨਕੀ ਟਾਈਪ ਜਿਹਾ। ਅਤੇ ਹੁਣ ਇੱਥੇ ਅਸੈਂਟਰੀਸਿਟੀ ਦਾ ਸੇਮ ਉਹਦੇ ਨਾਲ ਮਿਲਦਾ ਜੁਲਦਾ ਮਤਲਬ ਆ, ਜੇ ਅਸੈਂਟਰੀਸਿਟੀ ਜ਼ੀਰੋ ਹੋਵੇ, ਅਸੈਂਟਰੀਸਿਟੀ ਜ਼ੀਰੋ ਹੋਵੇ ਤਾਂ ਇਹ ਇਕੁਏਸ਼ਨ ਬਣ ਜਾਂਦੀ ਹੈ ਸਰਕਲ ਦੀ, ਠੀਕ ਆ। ਇਹ ਇਕੁਏਸ਼ਨ ਬਣ ਜਾਂਦੀ ਹੈ ਸਰਕਲ ਦੀ, ਮਤਲਬ ਕਿ ਇਹਦੇ ਲਈ ਸਰਕਲ, ਜੇ ਈ ਦੀ ਵੈਲਿਊ ਜ਼ੀਰੋ ਟੂ ਵਨ ਦੇ ਵਿਚਕਾਰ ਹੋਵੇ ਤਾਂ ਇਹ ਬਣ ਜਾਂਦਾ ਇਲਿਪਸ, ਜੇ ਈ ਦੀ ਵੈਲਿਊ ਵਨ ਹੋ ਗਈ ਇਹ ਹੁੰਦਾ ਪੈਰਾਬੋਲਾ। ਇਹ ਮੈਂ ਤੁਹਾਨੂੰ ਅਗਲੇ ਪਲੋਟਾਂ ਦੇ ਵਿੱਚ ਮੈਂ ਬਣਾ ਕੇ ਦਿਖਾਉਣੀਆਂ ਇਹ ਚੀਜ਼ਾਂ, ਠੀਕ ਆ। ਜੇ ਈ ਦੀ ਵੈਲਿਊ ਵਨ ਤੋਂ ਵੱਡੀ ਆ ਫੇਕ ਹੁੰਦਾ ਹਾਈਪਰ ਬੋਲਾ,
ठीक है। हुण आपां इहनूं अगे सोल्व करदे हां, दोनों पासे स्केयर कर दिता, एक्स माइनस ए दा स्केयर प्लस वाई स्केयर इज इक्वल टू ई स्केयर एक्स प्लस ए स्केयर। हुण मैं इत्थे तुहानूं दसना चाहुंदा कि जिहड़ा एसेंट्रिसिटी मैं पागल दे नाल गल करदा कि डिग्री ऑफ पागलपन है, मतलब कि हिलिया होया, तो जे कुछ भी नहीं हिलिया मतलब यदा मतलब कि वह आह इतने एसेंट्रिसिटी जीरो, मतलब कि कुछ भी नहीं हिलिया होया। हुण जे थोड़ा जहा हिलिया होया फिर एलिप्स आ, फिर उतो ज़्यादा हिलिया पैराबोला, फिर हाइपरबोला, मतलब कि जिमें कोई बंदा एन नॉर्मल आ तो फिर वह जिन्ना पागल हों एसेंट्रिसिटी मतलब दसदी वो डिग उतो पता लगता। इदा ही इतने आ जिंदगी दे नाल रलदियां मिलदियां चीज़ां। ठीक है चलो आपां इहनूं हुण अगे करदे हां। ये अपनी कोनिक सैक्शन की मतलब इक्वेशन आ गई, तो बड़ी सिंपल है। तो हुण मैं तुहानूं एसी चीज़ का मतलब कि प्लॉट बना के दिखाउणा, तो वह किद्दां हुंदा। मैं उत्थे ए दी वैल्यू जिवें 1 पुट कर लूँगा, तो वह आपां मैं पिछे वीडियो दे जोड़ देनी आ, तो आओ देखते हैं उस की हुंदा। हाँ जी हुण अपनी आपां डेसिमल्स खोल लिया आ, इस आपां सेम इक्वेशन इत्थे लिख ली आ, तो हुण इहदे विच जिहड़ी एसेंट्रिसिटी आ वो बी आ, तां ए आ कोई भी पॉइंट आ जिहड़ा एक्स एक्सिस दे उत्ते। हुण मैं तुहानूं दसदा कि इह किवें वेरी करदा। हुण जिवें बी नूं आ चलाउण लगा, आ देखो हाइपरबोला बन गया क्योंकि बी उहदी वैल्यू ज़्यादा हो गई। ठीक है एलिप्स नूं मैं इत्थे हौली भी कर सकदा। ठीक है इस तो बाद मैं तुहानूं ए दी वैल्यू बदल के तुहानूं दसूंगा किवें काम करदा। ठीक है आ देखो हुण जे मैं इत्थों इहदी वैल्यू 1 कर देवां, ए दी वैल्यू 1 आ लो जी, ये तुहाडा पैराबोला हो गया। पर हुण मैं जदों आ ए नूं वेरी करदा, आ देखो पैराबोला वड्डा हो जांदा छोटा हो जांदा। ठीक है दूसरे पासे चल गया पैराबोला, ठीक है नैगेटिव साइड ले उधर चल गया। तो हुण इहदा मतलब ये है कि ए दे नाल शेप सेम रहनी आ, सिर्फ असेंट्रिसिटी ने आपां नूं दसना। फॉर एग्जाम्पल आ हुण इत्थे मान लो आपां सॉरी पैराबोला ही रहना, हुण आपां इत्थे एलिप्स बना लिया। हुण आ देखो ठीक है एलिप्स ही रहा, पर हाँ तुहानूं इत्थे एक होर मैं गल इंट्रस्टिंग दसनी चाहुंदा कि जे जे इत्थे मैं बी दी वैल्यू 0 पुट करदा तो वह एक सर्कल बनता है, सर्कल मतलब कि पॉइंट पॉइंट बनता है इत्थे, क्योंकि आर इत्थे दूसरे पासे आर है ना, वो आर 0 हो जाता इस करके वो एक पॉइंट बनता, मतलब कि 0 रेडियस का सर्कल। तो ये मैं तुसीं इंजॉय करो, तो मैं तुहानूं होर इहदे नाल 2-3 वीडियो आउणी है, तुहानूं पूरा कोनिक सैक्शन समझ आ जाऊगा। थैंक यू।